ਸਤਿ ਸ਼੍ਰੀ ਅਕਾਲ ਦੋਸਤੋ, ਆਓ ਸਮਝੀਏ ਦਾ ਸਾਇੰਸ ਆਫ ਵੀਜ਼ਾ। ਚਾਹੇ ਤੁਹਾਡਾ ਕੇਸ ਕਿੰਨੀ ਵਾਰੀ ਮਰਜ਼ੀ ਰਿਫਿਊਜ਼ ਹੋਇਆ ਹੋਵੇ ਔਰ ਚਾਹੇ ਤੁਸੀਂ ਯਕੀਨ ਕਰੋ ਕਿ ਇਹ ਵੀਜ਼ਾ ਨਹੀਂ ਹੋ ਸਕਦਾ, ਤੁਹਾਨੂੰ ਇਸ ਚੀਜ਼ ਦਾ ਅਸੀਂ ਹੱਲ ਕਰਕੇ ਦਿਖਾਵਾਂਗੇ। ਆਓ ਇਸ ਸਾਇੰਸ ਨੂੰ ਸਮਝੋ ਕਿ ਇਸ ਵੀਜ਼ੇ ਦੇ ਪਿੱਛੇ ਕੀ ਸਾਇੰਸ ਆ। ਅਗਰ ਵੀਜ਼ਾ ਆਫੀਸਰ ਤੁਹਾਡਾ ਕੇਸ ਅਸੈਸ ਕਰ ਰਿਹਾ ਤਾਂ ਉਹਦੇ ਪਿੱਛੇ ਭਾਵਨਾ ਕੀ ਆ, ਉਹਦੇ ਪਿੱਛੇ ਲੌਜਿਕ ਕੀ ਆ, ਉਹਦੇ ਪਿੱਛੇ ਅਸੈਸਮੈਂਟ ਦਾ ਰੀਜ਼ਨਸ ਕੀ ਆ ਜਾਂ ਅਸੈਸਮੈਂਟ ਦਾ ਕ੍ਰਾਈਟੀਰੀਆ ਕੀ ਆ। ਸੋ ਤੁਸੀਂ ਚਾਹੇ ਤੁਹਾਡਾ ਕੇਸ ਚਾਹੇ ਸਟੂਡੈਂਟ ਕੇਸ ਆ, ਚਾਹੇ ਟੂਰਿਸਟ ਕੇਸ ਆ, ਚਾਹੇ ਫੈਮਿਲੀ ਰੀਯੂਨੀਅਨ ਦਾ ਕੇਸ ਹੈ, ਚਾਹੇ ਕੋਈ ਵੀ ਕੇਸ ਹੈਗਾ, ਤੁਸੀਂ ਇੱਕ ਵਾਰੀ ਸਾਨੂੰ ਮਿਲੋ ਔਰ ਤੁਹਾਨੂੰ ਉਹਦਾ ਮੌਕੇ ਦੇ ਉੱਪਰ ਹੱਲ ਦਿਸੇਗਾ। ਜੀ ਹਾਂ, ਤੁਹਾਨੂੰ ਮੌਕੇ ਦੇ ਉੱਪਰ ਹੱਲ ਦਿਸੇਗਾ ਔਰ ਤੁਹਾਡੇ ਹਰ ਸਵਾਲ ਦਾ ਜਵਾਬ ਵੀ ਅਸੀਂ ਟਰਾਈ ਕਰਾਂਗੇ ਕਿ ਸਭ ਦੇ ਸਾਹਮਣੇ, ਬਿਕੋਜ਼ ਵੀ ਵਾਂਟ ਕਿ ਇਹ ਸਾਰੀ ਇਹ ਨੌਲੇਜ ਸਭ ਲੋਕਾਂ 'ਚ ਸਪਰੈਡ ਹੋਵੇ। ਸੋ ਮਿਲਦੇ ਹਾਂ ਇਸ ਸ਼ਨੀਵਾਰ ਜਲੰਧਰ ਦੇ ਵਿੱਚ, ਔਰ ਐਡਰੈਸ ਜਾਣਨ ਲਈ ਤੁਸੀਂ 9216 9168 ਉੱਪਰ ਮਿਸ ਕਾਲ ਕਰੋ। ਜਿੱਦਾਂ ਤੁਸੀਂ ਮਿਸ ਕਾਲ ਕਰੋਗੇ ਤੁਹਾਡੇ ਇਨਬੋਕਸ ਵਿੱਚ ਇੱਕ SMS ਆਏਗਾ ਜਿਹਦੇ ਵਿੱਚ ਕਿ ਐਡਰੈਸ ਪੂਰਾ ਪਤਾ ਹੋਏਗਾ। ਸੋ ਮਿਲਦੇ ਹਾਂ ਇਸ ਸ਼ਨੀਵਾਰ। ਸ਼ੁਕਰੀਆ।